ਤਰਨਤਾਰਨ ਵਿਖੇ ਲਗਾਤਾਰ ਗੁੰਡਾਗਰਦੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਨਾਰਾਜ਼ ਦੁਕਾਨਦਾਰਾਂ ਵੱਲੋਂ ਥਾਣਾ ਸ਼ਹਿਰੀ ਵਿਖੇ ਪੁਲਿਸ ਦੇ ਢਿੱਲੀ ਕਾਰਗੁਜ਼ਾਰੀ ਦੇ ਖਿਲਾਫ ਥਾਣਾ ਸ਼ਹਿਰੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਹਥਿਆਰਬੰਦ ਨੌਜਵਾਨਾਂ ਵੱਲੋਂ ਸ਼ਹਿਰ ਦੇ ਅੱਡਾ ਬਾਜ਼ਾਰ ਵਿਖੇ ਦਾਖਲ ਹੋ ਕੇ 3 ਦਰਜਨ ਤੋਂ ਵੱਧ ਦੁਕਾਨਾਂ ਦੀ ਤੋੜਫੋੜ ਕਰਦਿਆਂ ਦੁਕਾਨਦਾਰਾਂ ਦੀ ਮਾਰ ਕੁਟਾਈ ਕੀਤੀ ਗਈ ਸੀ। SSP ਦੇ ਵਿਸ਼ਵਾਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਅਤੇ SSP ਦਰਸ਼ਨ ਸਿੰਘ ਮਾਨ ਤੇ ਬੀਤੀ ਰਾਤ ਵਾਪਰੀ ਘਟਨਾ ਤੇ ਅਫਸੋਸ ਜ਼ਾਹਿਰ ਕਰਦਿਆਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਾਂਹ ਅਜਿਹੀ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ। ਲੋਕਾਂ ਦੇ ਵਿੱਚ ਇੱਕ ਇਹ ਸੀ ਕਿ ਆਉਣ ਵਾਲਾ ਮਾਹੌਲ ਤਰਨ ਤਾਰਨ ਦੇ ਵਿੱਚ ਬਹੁਤ ਵਧੀਆ ਹੋਣ ਵਾਲਾ, ਇੱਕ ਸਾਫ ਪੱਖ ਵਾਲਾ ਬੜਾ ਵਧੀਆ MLA ਆਪਾਂ ਨੂੰ ਮਿਲਿਆ, ਪਰ ਦਿਨੋਂ ਦਿਨ ਜਦੋਂ ਦੀ ਵੀ ਕਾਂਗਰਸ ਸਰਕਾਰ ਆਈ ਆ ਸਾਨੂੰ ਨਾ ਤਾਂ ਕੋਈ ਚੰਗੀ ਖਬਰ ਅਜੇ ਤੱਕ ਸੁਣ ਲਓ, ਨਾ ਗਰੀਬਾਂ ਦੇ ਹੱਕ ਦੀ ਖਬਰ, ਨਾ ਕੋਈ ਇਹੋ ਜਿਹੀ ਪੁਲਿਸ ਪ੍ਰਸ਼ਾਸਨ ਦੀ ਖਬਰ ਕਿ ਪੁਲਿਸ ਨੇ ਇਹੋ ਜਿਹਾ ਪ੍ਰਸ਼ਾਸਨ ਦਿੱਤਾ ਹੋਵੇ। ਸ਼ਹਿਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੁੰਦੀ ਆ ਔਰ ਬਿਨਾਂ ਨਾਗਾ 1-2-3 ਘਟਨਾਵਾਂ ਰੋਜ਼ ਅਸੀਂ ਵੇਖਦੇ ਹਾਂ ਔਰ ਪੁਲਿਸ ਪ੍ਰਸ਼ਾਸਨ ਬਿਲਕੁਲ ਹੱਥ ਖੜ੍ਹੇ ਕਰਕੇ ਵੇਖ, ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਨਾਕੇਬੰਦੀ ਆ ਉਹ ਵੱਧ ਤੋਂ ਵੱਧ ਵਧਾਈ ਜਾਵੇ। ਚੰਗੇ ਪੁਲਿਸ ਅਫਸਰ ਜਿਹੜੇ ਕੰਮ ਕਰਨਾ ਚਾਹੁੰਦੇ ਆ, ਜਿਹੜੇ ਕੰਮ ਕਰ ਸਕਦੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣ, ਜਿਹੜੇ ਨਹੀਂ ਕੰਮ ਕਰ ਸਕਦੇ ਉਹਨਾਂ ਪੁਲਿਸ ਅਫਸਰਾਂ ਨੂੰ ਲਾਂਭੇ ਕਰਕੇ ਸਸਪੈਂਡ ਨਾ ਕਰੋ, ਉਹਨਾਂ ਨੂੰ ਕੋਈ ਇਹੋ ਜਿਹਾ ਜੋਬ ਦਿਓ ਉਹਨਾਂ ਕੋਲ ਤੁਸੀਂ ਬਹਿ ਕੇ ਦਫ਼ਤਰ ਦੇ ਵਿੱਚ ਵੀਰ ਜੀ ਲਿਖ ਪੜ੍ਹਤ ਕਰਨੀ ਆ, ਤੁਹਾਡੇ ਵੱਸ ਦਾ ਰੋਗ ਨਹੀਂ ਹੈ। 452 ਵਗੈਰਾ ਜੋ ਵੀ ਧਾਰਾ ਬਣਦੀਆਂ ਸੀ ਉਹਨਾਂ ਦਾ ਕੇਸ ਰਜਿਸਟਰ ਕਰ ਦਿੱਤਾ ਅਤੇ ਮੇਨ ਜਿਹੜਾ ਸੀ ਅਕਿਊਜ਼ ਸਾਹਿਲ ਉਹ ਅਸੀਂ ਅਰੈਸਟ ਕਰ ਲਿਆ ਅੱਜ ਹੁਣ, ਅਤੇ ਜਿਹੜੇ ਦੂਸਰੇ ਨੇ ਉਹਦੇ ਨਾਲ ਇਹ ਉਹ ਅਸੀਂ ਜਲਦੀ ਉਹਨਾਂ ਨੂੰ ਫੜ ਲਾਂਗੇ। ਇਹ ਲੈਣ ਦੇਣ ਦਾ ਕੋਈ ਝਗੜਾ ਸੀ ਇਹਨਾਂ ਦਾ ਆਪਸ ਵਿੱਚ, ਜਿਸ ਕਰਕੇ ਉਹ ਸ਼ਰਾਬੀ ਹਾਲਤ 'ਚ ਆਏ ਨੇ ਅਤੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੈਂ ਸ਼ੋਰ ਕਰਦਾ ਅੱਗੇ ਤੋਂ ਇਹੀ ਘਟਨਾ ਸੀ ਸ਼ਾਇਦ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।